ਦੀ ਤਾੜੀ ਵਜਾ ਦਿਓ। ਮੈਨੂੰ ਕਹਿ ਕੇ ਵਜਵਾਉਣੀ ਪੈਂਦੀ ਹੈ, ਜੇ ਰਾਮਦੇਵ ਆ ਗਿਆ ਨਾ ਤੁਹਾਡੇ ਪਿੰਡ ਤੁਸੀਂ ਸਾਰਿਆਂ ਨੇ ਮੈਟ ਘੜੀਸੀ ਫਿਰਨਾ ਵੀ ਆ ਜਾਓ ਦੁੱਖ ਤੋੜਨ ਆਇਆ। ਤਾਂ ਬਾਬੇ ਦੇ ਦਰਬਾਰ 'ਤੇ ਵੀ ਟੁੱਟ ਜਾਂਦੇ ਜੇ ਤਾੜੀ ਵਜਾਓਗੇ, ਆਪਦੇ ਨਾਂ ਦੀ ਵਜਾਓ ਦੱਬ ਕੇ ਇੱਕ ਵਾਰੀ ਤਾੜੀ। ਸੋ ਇੱਕ ਪਿੰਡ ਦੇ ਭਗਤ ਦੀ ਗੱਲ ਕਰਨ ਲੱਗਿਆ ਸਾਡੇ, ਉਹ ਅਸੀਂ ਪਿੰਡਾਂ ਦੇ ਸਿੱਧੇ ਸਾਧੇ ਮੁੰਡੇ, ਪਿੰਡ ਦੇ ਭਗਤ ਦੀ ਬਾਬਾ ਜੀ ਦੇ ਦਰਬਾਰ 'ਤੇ ਜਾਂਦਾ, ਕਹਿੰਦਾ ਬਾਬਾ ਜੀ 2 ਕਰੋੜ ਵਾਲੀ ਲਾਟਰੀ ਲਵਾ ਦਿਓ, ਸੱਚੀ ਗੱਲ ਆ ਮੈਂ 500 ਦਾ ਮੱਥਾ ਟੇਕ ਕੇ ਜਾਊਂ, ਕਿਉਂਕਿ ਮੰਗਣ ਨੂੰ ਦਿਲ ਸਾਰਿਆਂ ਦਾ, ਦੇਣ ਨੂੰ ਕਿਸੇ ਦਾ ਵੀ ਨਹੀਂ, ਕਿਉਂਕਿ ਦੇਣ ਨੂੰ ਬਾਬਾ ਜੀ ਬੈਠੇ। ਕੀ ਮੰਗਣ ਲੱਗੇ ਬਾਬੇ ਦੇ ਦਰਬਾਰ 'ਤੇ? ਹੁਣ ਨਵੇਂ ਸਾਲ ਵਾਲੀ ਜੇ ਤੂੰ ਲਾਟਰੀ ਲਵਾ ਦਵੇਂ, ਨਵੇਂ ਸਾਲ ਵਾਲੀ ਜੇ ਤੂੰ ਲਾਟਰੀ ਲਵਾ ਦਵੇਂ, ਮੈਂ ਡਰਿਆ ਕੇ ਭੰਗੜੇ ਵੀ ਪਾਵਾਂ ਬਾਬਾ ਜੀ, ਪੂਰੇ 500 ਦਾ ਨੋਟ ਕੀ ਮੰਗਦਾ? ਉਹ ਕਹਿੰਦਾ ਪਿੰਡਾਂ ਵਾਲੇ ਮੁੰਡੇ ਨੇ ਇੰਨੀ ਕੁ ਖੁਆਇਸ਼ ਹੁੰਦੀ ਹੈ ਵੀ ਮੇਰਾ ਪਿੰਡ 'ਚ ਚੁਬਾਰਾ ਹੋਣਾ ਚਾਹੀਦਾ, ਚੁਬਾਰੇ 'ਤੇ